ਅੰਤਰਿਮ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਵਿਸ਼ੇਸ਼ ਜਿਹੜੇ ਅਸੀਂ ਫੈਸਲੇ ਲਏ ਗਏ ਨੇ ਅਤੇ ਉਹਨਾਂ ਦੇ ਵਿੱਚ ਹੈ ਕਿ ਸਾਫ ਸੂਰਤ ਸਿੱਖ ਖਿਡਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ। ਇਹ ਇਨਾਮ ਇਸ ਤਰ੍ਹਾਂ ਆਉਣਗੇ ਕਿ ਓਲੰਪਿਕ ਖੇਡਾਂ ਦੇ ਸੋਨੇ ਦਾ ਮੈਡਲ ਵਾਲੇ ਨੂੰ 5 ਲੱਖ, ਚਾਂਦੀ ਦਾ ਮੈਡਲ 4 ਲੱਖ, ਕਾਂਸੀ ਦੇ ਮੈਡਲ ਵਾਲੇ ਨੂੰ 3 ਲੱਖ। ਇਸੇ ਤਰ੍ਹਾਂ ਏਸ਼ੀਅਨ ਖੇਡਾਂ ਦੇ ਵਿੱਚ ਜਿਹੜਾ ਸੋਨੇ ਦਾ ਮੈਡਲ ਲੈ ਕੇ ਆਉਣਗੇ ਉਹਨੂੰ 4 ਲੱਖ, ਚਾਂਦੀ ਦਾ ਮੈਡਲ ਵਾਲੇ ਨੂੰ 3 ਲੱਖ, ਕਾਂਸੀ ਦਾ ਮੈਡਲ ਵਾਲੇ ਨੂੰ 2 ਲੱਖ। ਔਰ ਕਾਮਨਵੈਲਥ ਖੇਡਾਂ ਵਿੱਚ ਜਿਹੜੇ ਖਿਡਾਰੀ ਸਾਡੇ ਔਰ ਆਉਣਗੇ ਉਹਨੇ ਸੋਨੇ ਦਾ ਮੈਡਲ 3 ਲੱਖ, ਚਾਂਦੀ ਦਾ ਮੈਡਲ 2 ਲੱਖ, ਕਾਂਸੀ ਦਾ ਮੈਡਲ 1 ਲੱਖ। ਸਾਹਿਬ ਖੇਡਾਂ ਦੇ ਲਈ ਸੋਨੇ ਦਾ ਮੈਡਲ 2 ਲੱਖ, ਚਾਂਦੀ ਦਾ ਮੈਡਲ 1 ਲੱਖ, ਕਾਂਸੀ ਦਾ ਮੈਡਲ 50,000। ਨੈਸ਼ਨਲ ਖੇਡਾਂ ਵਾਲੇ ਖਿਡਾਰੀ ਨੂੰ ਸੋਨੇ ਦਾ ਮੈਡਲ 1 ਲੱਖ, ਚਾਂਦੀ ਦਾ ਮੈਡਲ 75,000, ਕਾਂਸੀ ਦਾ ਮੈਡਲ 50,000। ਔਰ ਸਟੇਟ ਖੇਡਾਂ ਵਾਲੇ ਦੇ ਖਿਡਾਰੀ ਵਾਸਤੇ ਹੈਗਾ ਸੋਨੇ ਦਾ ਮੈਡਲ 50,000, ਚਾਂਦੀ ਦਾ ਮੈਡਲ 25,000, ਕਾਂਸੀ ਦਾ ਮੈਡਲ ਜਿਹੜਾ ਹੈ ਸੀ ਉਹ 20,000 ਰੁਪਇਆ ਜਿਹੜਾ ਉਹਨਾਂ ਨੂੰ ਖਿਡਾਰੀਆਂ ਨੇ ਜੇ ਸਾਫ ਸੂਰਤ ਸਿੱਖਣ ਲਈ ਉਹਨਾਂ ਨੂੰ ਦੇਣ ਵਾਸਤੇ ਸਾਡੀ ਕਮੇਟੀ ਨੇ ਫੈਸਲਾ ਕੀਤਾ।